ਚੱਲ ਵੀ ਤਾਰੀ ਸੀ ਆ ਪਾਪ ਵਿੱਚ ਵੱਡੀ, ਜੈਤੋ ਵਾਲੇ ਤਾਰੀ ਵਾਂਗੂ ਧਰਮ ਰਾਜ ਬਣ ਬਹਿੰਦਾ ਸੀ। ਵੇਖ ਰਿਹਾ ਵੀ ਜੈਤੋ ਵਾਲਾ ਤਾਰੀ ਬੜਾ ਮਸ਼ਹੂਰ ਹੈ, ਜੈਤੋ ਦਾ ਮੋਰਚਾ ਬੜਾ ਮਸ਼ਹੂਰ ਹੈ, ਆਹ ਵਰਿੰਦਰ ਦੌਲਰੀ ਨੇ ਗੁੱਟ ਫੜੇ ਹੈ, ਸੌ ਦਾ ਮਾਲ ਹੋ ਜਾਣਾ ਹੈ, ਐਨ ਪੇਚਾ ਪੈ ਗਿਆ ਹੈ, ਔਰ ਕੁੰਡੀਆਂ ਵਾਲੇ ਸਿੰਘ ਫਸ ਗਏ ਹੈ ਕਿ ਡਾਂਗ ਉੱਤੇ ਡੇਰਾ ਜੱਟਦਾ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ, ਡਾਂਗ ਉੱਤੇ ਡੇਰਾ ਜੱਟਦਾ ਹੈ। ਲੱਗਦਾ ਵੀ ਮਾਈ ਦਾ ਲਾਲ ਟੱਕਰ ਗਿਆ, ਇਧਰਲੇ ਪਾਸੇ ਤੀਆਂ ਸਕਿੰਟਾਂ ਦਾ ਫੈਸਲਾ ਹੋ ਗਿਆ ਕਿ ਗਿਆ ਵਕਤ ਨਾ ਹੱਥ ਆਮਦਾਈ, ਤੇ ਛੁੱਟਾ ਕਮਾਨ ਚੋਣਾ ਮੁੜਦਾ ਤੀਰ ਮੀਆਂ, ਮੁਰਸ਼ਦਾ ਬਾਜਣਾ ਦਿਸੇ ਰਾਹ ਕੋਈ, ਤੇ ਦੁੱਧਾ ਬਾਜਣਾ ਰਿਜਦੀ ਖੀਰ ਮੀਆਂ, ਕਿ ਫੜ ਕੇ ਦੇ ਡੌਲੇ ਕੁੱਝ ਲੱਗਦਾ ਕਰਾਉਣਗੇ, ਰੇਡਰ ਤੇ ਜਾਫੀ ਜਦੋਂ ਟਕਰਾਉਣਗੇ, ਸਾਣ ਜਿੰਨਾ ਜ਼ੋਰ ਸੋਨੂੰ ਲਾਉਣਾ ਹੁਣ ਪੈਣਾ ਏ, ਇੱਕ ਇੱਕ ਨੰਬਰ ਹੀ ਟੀਮਾਂ ਨੂੰ ਜਿਤਾਉਣਗੇ, ਕਿਹਦੇ ਸਿਰੇ ਜਿੱਤ ਵਾਲਾ ਤਾਜ ਅੱਜ ਵੱਜਦਾ ਹੈ। ਆਓ ਵੇਖ ਰਿਹਾ ਵੀ ਵਰਿੰਦਰ ਤੋਂ ਤਾਰੀ ਪੁਆਇੰਟ ਲੱਗੇ ਵਾਪਸ ਜਾਂਦਾ ਹੋਇਆ, ਚੱਲ ਵੀ ਨੌਜਵਾਨ ਡਿੱਗ ਡਿੱਗ ਕੇ ਜੇ ਚੱਲਣਾ ਆ ਜਾਵੇ, ਤੇ ਕਦੇ ਡਿੱਗਣ ਕੋਲੋਂ ਡਰ ਗਏ ਨਾ, ਕਦੇ ਡਿੱਗਣ ਕੋਲੋਂ ਡਰ ਗਏ ਨਾ। ਔਰ ਚੱਲ ਵੀ ਤਾਰੀ ਸੀ ਆ ਪਾਪ ਵੀ ਕਲਿਆਣਾ ਵਾਲਿਆ ਕਬੱਡੀ ਨੌਜਵਾਨ ਹੈ, ਇੱਕ ਪਾਸੇ ਜ਼ਿਲ੍ਹਾ ਬਠਿੰਡਾ, ਔਰ ਦੂਸਰੇ ਬੰਨੇ ਵੇਖ ਰਹੇ ਹਾਂ ਵੀ ਇਹ ਦੌਦਰ ਦੀ ਧਰਤੀ ਦੇ ਜਿੱਥੋਂ ਦੇ ਸੰਤ ਮਹਾਂਪੁਰਸ਼ ਬੜੇ ਮਸ਼ਹੂਰ ਨੇ, ਇੱਕ ਪਾਸੇ ਪੀਤਾ ਨਾਲ ਹੀ ਕਹਿੰਦੇ ਵੀ ਦੌਦਰ ਵਾਲੇ ਵਰਿੰਦਰ ਦੇ ਨਾਲ ਮੁਕਾਬਲਾ ਹੋ ਚੁੱਕਿਆ ਹੈ। ਐ ਸਮੇਂ ਐ ਢਾ ਕੇ ਹਿੱਕ ਦੇ ਉੱਪਰ ਬਹਿਣ ਵਾਲੀ ਕੋਸ਼ਿਸ਼ ਕੀਤੀ ਸੀ ਨੌਜਵਾਨ ਨੇ, ਔਰ ਵੇਖ ਰਿਹਾ ਵੀ ਇੱਕੋ ਜਿਹੀਆਂ ਪੱਟੀਆਂ ਤੇ ਇੱਕੋ ਜਿਹਾ ਰੰਗ, ਇੱਕੋ ਜਿਹਾ ਕੱਦ। ਹੈਲੋ, ਹਾਂਜੀ, ਸਾਡੇ ਬਿਜਲੀ ਮੁਲਾਜ਼ਮ ਜੀਤਾ ਤੇ ਭੂਰੇ ਲਾਲ।